ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਇਰਾਦੇ ਪੱਕੇ ਹੋਣ ਤਾਂ ਮੰਜ਼ਿਲ ਤੱਕ ਪਹੁੰਚਣ ਲਈ ਕੋਈ ਨਹੀਂ ਰੋਕ ਸਕਦਾ। ਅਜਿਹਾ ਹੀ ਸਿੱਧ ਕਰ ਦਿਖਾਇਆ ਹੈ ਫਿਲਮ ਨਿਰਮਾਤਾ ਚੰਦਰ ਕੰਬੋਜ ਨੇ। ਚੌਥੀ ਕਲਾਸ ਵਿੱਚ ਪਹਿਲੀ ਫਿਲਮ ਲਿਖਣ ਵਾਲੇ ਚੰਦਰ ਕੰਬੋਜ ਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਅੱਜ ਆਖਰ ਪੰਜਾਬੀ ਫਿਲਮ ਇੰਡਸਟਰੀ 'ਚ ਆਪਣਾ ਨਾਮ ਬਣਾ ਲਿਆ ਹੈ। ਬਿਨਾਂ ਕਿਸੇ ਗੁਰੂ ਦੇ ਇਸ ਕਿੱਤੇ ਦੀ ਸ਼ੁਰੂਆਤ ਕਰਨ ਵਾਲੇ ਇਸ ਫਿਲਮ ਨਿਰਮਾਤਾ ਨੇ ਪਹਿਲੀ ਫਿਲਮ ਉੱਬਲਦਾ ਖੂਨ ਲਿਖੀ, ਜੋ ਬਾਅਦ 'ਚ ਯੋਧਾ ਨਾਮ ਨਾਲ ਵੱਡੇ ਪਰਦੇ 'ਤੇ ਫਿਲਮਾਈ ਗਈ। ਫਿਰ ਕੀ ਸੀ, ਆਪਣੀ ਪਰਵਾਜ਼ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਅਤੇ ਫਿਲਮ ਨਿਰਮਾਤਾ ਬਣਨ ਦਾ ਸੁਪਨਾ ਪੂਰਾ ਕਰਨ ਲਈ ਚੰਦਰ ਕੰਬੋਜ ਨੇ ਦਿੱਲੀ ਤੋਂ ਬੰਬੇ ਤੱਕ ਦਾ ਸਫ਼ਰ ਕਈ ਨਾਮੀ ਚੈਨਲਾਂ 'ਚ ਕੰਮ ਕਰਕੇ ਪੂਰਾ ਕੀਤਾ, ਜਿਵੇਂ ਕਿ ETC ਪੰਜਾਬੀ, ਸਟਾਰ TV ਅਤੇ ਅਜਿਹੇ ਕਈ ਨਾਮੀ ਚੈਨਲਾਂ 'ਚ ਕੰਮ ਕਰਦੇ ਕਰਦੇ ਜਦੋਂ ਚੰਦਰ ਕੰਬੋਜ ਪੰਜਾਬੀ ਗੀਤਾਂ ਦੇ ਨਿਰਮਾਤਾ ਬਣ ਗਏ ਪਤਾ ਹੀ ਨਹੀਂ ਲੱਗਾ। ਹਰਭਜਨ ਮਾਨ, ਫਿਰੋਜ਼ ਖਾਨ ਅਤੇ ਗੈਰੀ ਸੰਧੂ ਵਰਗੇ ਗੀਤਕਾਰਾਂ ਨਾਲ ਕੰਮ ਕਰਨ ਮਗਰੋਂ ਚੰਦਰ ਨੂੰ ਦੁਬਾਰਾ ਫਿਲਮਾਂ 'ਚ ਹੱਥ ਅਜ਼ਮਾਉਣ ਦਾ ਮੌਕਾ ਮਿਲਿਆ ਅਤੇ ਬਲਵੰਤ ਸਿੰਘ ਗਾਰਗੀ 'ਤੇ ਬਣੀ ਫਿਲਮ ਜ਼ਰੀਏ ਦੇ ਵਿੱਚ ਵੀ ਉਹਨਾਂ ਨੂੰ ਮੌਕਾ ਮਿਲਿਆ, ਜਿਸ ਦੀ ਕਹਾਣੀ ਚੰਦਰ ਕੰਬੋਜ ਨੇ ਹੀ ਲਿਖੀ ਅਤੇ ਕਿਸਮਤ ਨੇ ਵੀ ਉਹਨਾਂ ਦਾ ਸਾਥ ਦਿੱਤਾ। ਚੰਦਰ ਦੁਆਰਾ ਲਿਖੀ ਇਹ ਫਿਲਮ ਅਮਰੀਕਾ ਦੇ ਫਿਲਮ ਫੈਸਟੀਵਲ 'ਚ ਅਵਾਰਡ ਜਿੱਤ ਕੇ ਲੈ ਆਈ, ਜਿਸ ਨੇ ਇੱਕ ਵਾਰ ਫਿਰ ਕੰਬੋਜ ਨੂੰ ਆਪਣਾ ਸੁਪਨਾ ਪੂਰਾ ਕਰਨ ਦਾ ਭਰੋਸਾ ਦੇ ਦਿੱਤਾ। ਫਿਲਮ 5 ਖਾਬ ਦੇ ਜ਼ਰੀਏ ਉਹਨਾਂ ਨੇ ਪੰਜਾਬੀ ਇੰਡਸਟਰੀ 'ਚ ਸਕ੍ਰਿਪਟ ਰਾਈਟਰ ਦੇ ਤੌਰ 'ਤੇ ਐਂਟਰੀ ਕੀਤੀ। ਫਿਰ ਫਿਲਮ ਨਿਰਮਾਤਾ ਦੇ ਸਫ਼ਰ ਦੀ ਸ਼ੁਰੂਆਤ ਹੋ ਗਈ ਅਤੇ ਕਈ ਨਾਮੀ ਕਲਾਕਾਰਾਂ ਨਾਲ ਫਿਲਮ ਨਿਰਮਾਤਾ ਵਜੋਂ ਕੰਮ ਕਰ ਰਹੇ ਚੰਦਰ ਕੰਬੋਜ ਦੀ ਨਵੀਂ ਫਿਲਮ ਡਰਾਮੇ ਵਾਲੇ ਲੋਕਾਂ ਦੇ ਢਿੱਡੀ ਪੀੜਾਂ ਪਾਉਣ ਲਈ ਤਿਆਰ ਹੈ, ਜਿਸ ਦੇ ਵਿੱਚ ਮਸ਼ਹੂਰ ਐਕਟਰ ਹਰੀਸ਼ ਵਰਮਾ ਅਤੇ ਉਹਨਾਂ ਦੀ ਟੀਮ ਨਜ਼ਰ ਆ ਰਹੀ ਹੈ। ਹਰੀਸ਼ ਵਰਮਾ ਵੀ ਇੱਕ ਜਾਣਿਆ ਪਛਾਣਿਆ ਚਿਹਰੇ ਹਨ ਅਤੇ ਉਹਨਾਂ ਦੀਆਂ ਫਿਲਮਾਂ ਇਸ ਤੋਂ ਪਹਿਲਾਂ ਵੀ ਕਈ ਹਿੱਟ ਗਈਆਂ ਹਨ, ਜਿਵੇਂ ਕਿ ਗੋਲਕ ਬੁਗਨੀ, ਬੈਂਕ ਅਤੇ ਬਟੂਆ, ਯਾਰ ਅਮੁੱਲੇ ਅਤੇ ਹੋਰ ਕਈ ਫਿਲਮਾਂ ਦੇ ਵਿੱਚ ਹਰੀਸ਼ ਵਰਮਾ ਕੰਮ ਕਰ ਚੁੱਕੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਇਰਾਦੇ ਪੱਕੇ ਹੋਣ ਤਾਂ ਮੰਜ਼ਿਲ ਤੱਕ ਪਹੁੰਚਣ ਲਈ ਕੋਈ ਨਹੀਂ ਰੋਕ ਸਕਦਾ। ਅਜਿਹਾ ਹੀ ਸਿੱਧ ਕਰ ਦਿਖਾਇਆ ਹੈ ਫਿਲਮ ਨਿਰਮਾਤਾ ਚੰਦਰ ਕੰਬੋਜ ਨੇ। ਚੌਥੀ ਕਲਾਸ ਵਿੱਚ ਪਹਿਲੀ ਫਿਲਮ ਲਿਖਣ ਵਾਲੇ ਚੰਦਰ ਕੰਬੋਜ ਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਅੱਜ ਆਖਰ ਪੰਜਾਬੀ ਫਿਲਮ ਇੰਡਸਟਰੀ 'ਚ ਆਪਣਾ ਨਾਮ ਬਣਾ ਲਿਆ ਹੈ। ਬਿਨਾਂ ਕਿਸੇ ਗੁਰੂ ਦੇ ਇਸ ਕਿੱਤੇ ਦੀ ਸ਼ੁਰੂਆਤ ਕਰਨ ਵਾਲੇ ਇਸ ਫਿਲਮ ਨਿਰਮਾਤਾ ਨੇ ਪਹਿਲੀ ਫਿਲਮ ਉੱਬਲਦਾ ਖੂਨ ਲਿਖੀ, ਜੋ ਬਾਅਦ 'ਚ ਯੋਧਾ ਨਾਮ ਨਾਲ ਵੱਡੇ ਪਰਦੇ 'ਤੇ ਫਿਲਮਾਈ ਗਈ। ਫਿਰ ਕੀ ਸੀ, ਆਪਣੀ ਪਰਵਾਜ਼ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਅਤੇ ਫਿਲਮ ਨਿਰਮਾਤਾ ਬਣਨ ਦਾ ਸੁਪਨਾ ਪੂਰਾ ਕਰਨ ਲਈ ਚੰਦਰ ਕੰਬੋਜ ਨੇ ਦਿੱਲੀ ਤੋਂ ਬੰਬੇ ਤੱਕ ਦਾ ਸਫ਼ਰ ਕਈ ਨਾਮੀ ਚੈਨਲਾਂ 'ਚ ਕੰਮ ਕਰਕੇ ਪੂਰਾ ਕੀਤਾ, ਜਿਵੇਂ ਕਿ ETC ਪੰਜਾਬੀ, ਸਟਾਰ TV ਅਤੇ ਅਜਿਹੇ ਕਈ ਨਾਮੀ ਚੈਨਲਾਂ 'ਚ ਕੰਮ ਕਰਦੇ ਕਰਦੇ ਜਦੋਂ ਚੰਦਰ ਕੰਬੋਜ ਪੰਜਾਬੀ ਗੀਤਾਂ ਦੇ ਨਿਰਮਾਤਾ ਬਣ ਗਏ ਪਤਾ ਹੀ ਨਹੀਂ ਲੱਗਾ। ਹਰਭਜਨ ਮਾਨ, ਫਿਰੋਜ਼ ਖਾਨ ਅਤੇ ਗੈਰੀ ਸੰਧੂ ਵਰਗੇ ਗੀਤਕਾਰਾਂ ਨਾਲ ਕੰਮ ਕਰਨ ਮਗਰੋਂ ਚੰਦਰ ਨੂੰ ਦੁਬਾਰਾ ਫਿਲਮਾਂ 'ਚ ਹੱਥ ਅਜ਼ਮਾਉਣ ਦਾ ਮੌਕਾ ਮਿਲਿਆ ਅਤੇ ਬਲਵੰਤ ਸਿੰਘ ਗਾਰਗੀ 'ਤੇ ਬਣੀ ਫਿਲਮ ਜ਼ਰੀਏ ਦੇ ਵਿੱਚ ਵੀ ਉਹਨਾਂ ਨੂੰ ਮੌਕਾ ਮਿਲਿਆ, ਜਿਸ ਦੀ ਕਹਾਣੀ ਚੰਦਰ ਕੰਬੋਜ ਨੇ ਹੀ ਲਿਖੀ ਅਤੇ ਕਿਸਮਤ ਨੇ ਵੀ ਉਹਨਾਂ ਦਾ ਸਾਥ ਦਿੱਤਾ। ਚੰਦਰ ਦੁਆਰਾ ਲਿਖੀ ਇਹ ਫਿਲਮ ਅਮਰੀਕਾ ਦੇ ਫਿਲਮ ਫੈਸਟੀਵਲ 'ਚ ਅਵਾਰਡ ਜਿੱਤ ਕੇ ਲੈ ਆਈ, ਜਿਸ ਨੇ ਇੱਕ ਵਾਰ ਫਿਰ ਕੰਬੋਜ ਨੂੰ ਆਪਣਾ ਸੁਪਨਾ ਪੂਰਾ ਕਰਨ ਦਾ ਭਰੋਸਾ ਦੇ ਦਿੱਤਾ। ਫਿਲਮ 5 ਖਾਬ ਦੇ ਜ਼ਰੀਏ ਉਹਨਾਂ ਨੇ ਪੰਜਾਬੀ ਇੰਡਸਟਰੀ 'ਚ ਸਕ੍ਰਿਪਟ ਰਾਈਟਰ ਦੇ ਤੌਰ 'ਤੇ ਐਂਟਰੀ ਕੀਤੀ। ਫਿਰ ਫਿਲਮ ਨਿਰਮਾਤਾ ਦੇ ਸਫ਼ਰ ਦੀ ਸ਼ੁਰੂਆਤ ਹੋ ਗਈ ਅਤੇ ਕਈ ਨਾਮੀ ਕਲਾਕਾਰਾਂ ਨਾਲ ਫਿਲਮ ਨਿਰਮਾਤਾ ਵਜੋਂ ਕੰਮ ਕਰ ਰਹੇ ਚੰਦਰ ਕੰਬੋਜ ਦੀ ਨਵੀਂ ਫਿਲਮ ਡਰਾਮੇ ਵਾਲੇ ਲੋਕਾਂ ਦੇ ਢਿੱਡੀ ਪੀੜਾਂ ਪਾਉਣ ਲਈ ਤਿਆਰ ਹੈ, ਜਿਸ ਦੇ ਵਿੱਚ ਮਸ਼ਹੂਰ ਐਕਟਰ ਹਰੀਸ਼ ਵਰਮਾ ਅਤੇ ਉਹਨਾਂ ਦੀ ਟੀਮ ਨਜ਼ਰ ਆ ਰਹੀ ਹੈ। ਹਰੀਸ਼ ਵਰਮਾ ਵੀ ਇੱਕ ਜਾਣਿਆ ਪਛਾਣਿਆ ਚਿਹਰੇ ਹਨ ਅਤੇ ਉਹਨਾਂ ਦੀਆਂ ਫਿਲਮਾਂ ਇਸ ਤੋਂ ਪਹਿਲਾਂ ਵੀ ਕਈ ਹਿੱਟ ਗਈਆਂ ਹਨ, ਜਿਵੇਂ ਕਿ ਗੋਲਕ ਬੁਗਨੀ, ਬੈਂਕ ਅਤੇ ਬਟੂਆ, ਯਾਰ ਅਮੁੱਲੇ ਅਤੇ ਹੋਰ ਕਈ ਫਿਲਮਾਂ ਦੇ ਵਿੱਚ ਹਰੀਸ਼ ਵਰਮਾ ਕੰਮ ਕਰ ਚੁੱਕੇ ਹਨ।